ਬਾਬਾ ਜੀ ਤੁਹਾਡਾ ਲੱਖ ਲੱਖ ਵਾਰ ਸ਼ੁਕਰ ਹੈ ਬਾਬਾ ਜੀ, ਸ਼ੁਕਰ ਹੈ ਤੁਹਾਡਾ ਬਾਬਾ ਜੀ, ਸਾਨੂੰ ਤੁਸੀਂ ਇਹ ਮੌਕਾ ਦਿੱਤਾ, ਭਜਨ ਸਿਮਰਨ ਦਾ ਬਲ ਬਖਸ਼ਣਾ, ਬੈਠਣ ਦਾ ਬਲ ਬਖਸ਼ਣਾ, ਰਹਿਮਤ ਕਰਿਓ, ਦਇਆ ਕਰਿਓ ਬਾਬਾ ਜੀ, ਆਪਣਾ ਨਾਮ ਜਪਾਉਣਾ, ਆਪਣੇ ਚਰਨਾਂ ਨਾਲ ਮੈਨੂੰ ਲਾ ਕੇ ਰੱਖਣਾ ਬਾਬਾ ਜੀ, ਮੈਨੂੰ ਆਪਣੇ ਚਰਨਾਂ ਨਾਲ ਵਿਛਾੜਨਾ ਨਹੀਂ ਬਾਬਾ ਜੀ, ਮੈਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ। ਬੀਬੀ ਜੀ ਮੈਨੂੰ ਇਹ ਹਾਂਜੀ ਦੱਸੋ, ਤੁਸੀਂ ਸਾਰੇ ਇੱਥੇ ਖੜੇ ਹੋ ਕੇ ਬਾਬੇ ਨੂੰ ਕਹਿੰਦੇ ਆ ਕਿ ਤੁਸੀਂ ਕਰਨਾ, ਹਾਂਜੀ, ਉਹ ਬਾਬਾ ਕਹਿੰਦਾ ਤੁਸੀਂ ਕਰਨਾ ਹੈ, ਤੇ ਬਿਠਾਵਾ ਬਾਬੇ ਦੀ ਗੱਲ ਤੁਸੀਂ, ਤਾਂ ਹੈ ਬਿਠਾਣਾ ਮੈਂ, ਉਹ ਭਾਈ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਕਰਨਾ, ਮੇਰਾ ਕੰਮ ਹੈ ਤੁਹਾਨੂੰ ਸਮਝਾਉਣਾ, ਮੇਰਾ ਕੰਮ ਹੈ ਮਾਲਕ ਦੇ ਨਾਲ ਜੋੜਨਾ, ਉਹਨੂੰ ਨਿਭਾਉਣਾ ਤਾਂ ਤੁਸੀਂ ਹੈ ਨਾ, ਜਿੰਨਾ ਚਿਰ ਆਪਾਂ ਰੋਜ਼ ਮਾਰਾ ਜ਼ਿੰਦਗੀ 'ਚ ਨਹੀਂ ਕਰਾਂਗੇ ਤਾਂ ਕਿਵੇਂ ਨਿਭੂਗਾ, ਤੁਸੀਂ ਮੇਰੇ ਤੇ ਪਾਈ ਜਾਂਦੇ ਹੋ, ਮੈਂ ਕੀ ਕਰਨਾ। ਤੁਹਾਡਾ ਲੱਖ ਲੱਖ ਸ਼ੁਕਰ ਹੈ ਬਾਬਾ ਜੀ, ਰਹਿਮਤ ਕਰਨਾ, ਨਹੀਂ ਨਹੀਂ ਹੁਣ ਇਹ ਬਖਸ਼ਣਾ, ਕਹੋ ਕਿ ਮੈਂ ਕਰੂੰਗੀ, ਬਖਸ਼ ਲਓ, ਕਰੂੰਗੀ ਬਾਬਾ ਜੀ, ਤੁਸੀਂ ਕਰਾਓਗੇ ਲੈ ਫਿਰ ਉੱਥੇ ਆ ਗਈ, ਤੁਸੀਂ ਕਰਵਾਓਗੇ ਤਾਂ ਤੁਹਾਡਾ ਕੀ ਜੀ ਕਰਦਾ, ਕਿ ਮੇਰਾ ਜੀ ਨਹੀਂ ਕਰਦਾ ਕਿ ਤੁਸੀਂ ਸਾਰੇ ਮਾਲਕ ਦੇ ਨਾਲ ਜੁੜੋ, ਨਹੀਂ ਜੀ ਕਰਦਾ ਹੈ ਤਾਂ ਤੁਹਾਡਾ, ਫਿਰ ਤੁਸੀਂ ਤਾਂ ਐਨ ਕਹਿੰਦੇ ਹੋ ਇੱਥੇ ਖੜੇ ਹੋ ਕੇ ਜਿਵੇਂ ਮੇਰਾ ਹੁੰਦਾ ਕਿ ਇਹਨਾਂ ਨੂੰ ਨਾ ਮੈਂ ਦੂਰ ਭਜਾ ਦਾਂ ਸਾਰਿਆਂ ਨੂੰ, ਤੁਸੀਂ ਸਾਨੂੰ ਬੈਠਣ ਦਾ ਬਲ ਬਖਸ਼ਣਾ, ਤੁਸੀਂ ਬਖਸ਼ਣਾ ਸਾਨੂੰ ਬੈਠਣ ਦਾ ਬਲ, ਰਹਿਮਤ ਕਰੋ, ਦਇਆ ਕਰੋ, ਬਖਸ਼ ਲਓ ਸਾਨੂੰ। ਜਦੋਂ ਰੋਟੀ ਖਾਂਦੇ ਹਾਂ ਉਦੋਂ ਤਾਂ ਕਦੇ ਬਾਬੇ ਨੂੰ ਯਾਦ ਨਹੀਂ ਕਰਦੇ ਕਿ ਬਾਬੇ ਮੇਰੇ ਮੂੰਹ 'ਚ ਰੋਟੀ ਪਾ ਦੇ, ਉਦੋਂ ਤਾਂ ਕਹਿੰਦੇ ਮੈਂ ਆਪ ਕਰ ਲੂੰਗੀ, ਹੈਂ ਬਾਬਾ ਚੰਗਾ।